ਮੈਂ ਤੂੰ ਤੇ ਕਹਿਣਾ ਹੀ ਆ ਤੂੰ ਦੱਸ ਕੀ ਗੱਲ ਹੈ ਐਂਡ ਕਾ ਚੇਂਜ ਕਰਕੇ ਦੇਖ ਰਹੀ ਆ ਹਾਂਜੀ ਹੁਣ ਸਾਫ ਦੇਖ ਰਿਹਾ ਬਾਕੀ ਬਈ ਗੁੱਡ ਮਾਰਨਿੰਗ ਵੀ ਸਾਰੇ ਜਾਣਿਆਂ ਨੂੰ ਕੀ ਹਾਲ ਚਾਲ ਉਮੀਦ ਹੈ ਵਧੀਆ ਹੋਵੋਗੇ ਯਾਰ ਰਾਤੀ ਤਾਂ ਬਹੁਤ ਜ਼ਿਆਦਾ ਲੇਟ ਸੁੱਤੇ ਸੀਗੇ ਪਰ ਫਿਰ ਵੀ ਹੁਣ ਇਸ ਟਾਈਮ 8 ਵੱਜ ਗਏ ਨੇ ਅਤੇ 8 ਵਜੇ ਉੱਠ ਗਏ ਹਾਂ ਕਿਉਂਕਿ ਗੁਰਸੀਤ ਨੇ ਅਟੈਂਡੈਂਸ ਲਾਉਣੀ ਸੀ ਅਰਪਣ ਨੇ ਅਟੈਂਡੈਂਸ ਲਾਉਣੀ ਸੀ ਅਤੇ ਫਿਰ ਸਾਨੂੰ ਵੀ ਕੰਮ ਸੀ ਫਿਰ ਮੈਂ ਸੰਧੂ ਸਾਹਿਬ ਨੂੰ ਤੰਗ ਕੀਤਾ ਵੀ ਤੂੰ ਸੌਣਾ ਨਹੀਂ ਉੱਠ ਆਪਾਂ ਚੱਲਦੇ ਹਾਂ ਅਤੇ ਕਿਉਂਕਿ ਸੰਧੂ ਦੀ ਮਸਲੀ ਵੀ ਚੱਕਣੀ ਹੈ ਅਤੇ ਉਹਦੀਆਂ ਲਾਈਟਸ ਜਿਹੜੀਆਂ ਜੇ ਪਹੁੰਚਾਂਗੇ ਤਾਂ ਫਿਰ ਹੀ ਸਾਨੂੰ ਮਿਲਣਗੀਆਂ ਨਹੀਂ ਤਾਂ ਬਾਈ ਨੇ ਉਹਨੇ ਵੀ ਲੇਟ ਕਰ ਦੇਣਾ ਫਿਰ ਬਾਈ ਕਹਿੰਦਾ ਸ਼ਾਇਦ ਲੋਏ ਵੀ ਵੇਖਣੇ ਅਤੇ ਉਹਦੇ ਲਈ ਅਸੀਂ ਲੁਧਿਆਣੇ ਵੀ ਚੱਲਾਂਗੇ ਠੀਕ ਹੈ ਅੱਜ ਹੁਣ ਸਾਡਾ ਬਹੁਤ ਬਿਜ਼ੀ ਸ਼ਡਿਊਲ ਹੋਣ ਵਾਲਾ ਆ ਹੁਣ ਇਸ ਟਾਈਮ ਅੰਮ੍ਰਿਤਸਰੋਂ ਚੱਲੇ ਹਾਂ ਫਿਲਹਾਲ ਚਾਹ ਪੀਵਾਂਗੇ ਇਸ ਕੇ ਢਾਬਾ ਕੇ ਬੜਾ ਵਧੀਆ ਇੱਥੇ ਆਈ ਵੀ ਉੱਤੇ ਫਿਰ ਉਹ ਚੱਲਾਂਗੇ ਘਰੇ ਕਿਉਂ ਜਾਣਾ ਬਾਈ ਕਿ ਨੰਬਰ ਪਲੇਟ ਸਰਕਾਰੀ ਅਪਲਾਈ ਕੀਤੀਆਂ ਸੀ ਉਦੋਂ ਆਪਾਂ ਅਤੇ ਉਹਨਾਂ ਨੇ ਐਡਵਾਂਸ ਹੀ ਲੈਣੇ ਉਦੋਂ 5 ਤਰੀਕ ਨੂੰ ਦੇਣੀਆਂ ਸੀ ਅਤੇ ਅੱਜ ਮੇਰੇ ਹਿਸਾਬ ਨਾਲ 29th ਹੈ ਅਤੇ ਉਹ ਬਾਈ ਕਹਿੰਦਾ ਯਾਰ ਮੈਂ ਆਉਣਾ ਹੀ ਆ ਤੁਹਾਡੇ ਏਰੀਏ 'ਚ ਬਟਾਲੇ ਸਾਈਡ 'ਤੇ ਤੁਸੀਂ ਪਲੀਜ਼ ਅੱਜ ਲਵਾ ਲਓ ਅਤੇ ਫਿਰ ਮੈਂ ਕਿਹਾ ਚੱਲ ਬਾਈ ਲਾ ਦੇ ਕੋਈ ਗੱਲ ਨਹੀਂ ਉਹ 9 ਤੋਂ 12 ਵਜੇ ਤੱਕ ਅਵੇਲੇਬਲ ਹੈ ਅਤੇ ਫਿਰ ਮੈਨੂੰ ਸੀ ਵੀ ਆਪਾਂ 9:30 ਵਜੇ ਤੱਕ ਤਾਂ ਮੈਂ ਪਹੁੰਚਿਆ ਹੀ ਜਾਣਾ ਇਸ ਕਰਕੇ ਉਹ ਲਵਾ ਕੇ ਫਿਰ ਆਪਾਂ ਚੱਲਾਂਗੇ ਜਲੰਧਰ ਜਲੰਧਰ ਤੋਂ ਬਾਅਦ ਫਿਰ ਅਸੀਂ ਚੱਲਾਂਗੇ ਲੁਧਿਆਣੇ ਅਤੇ ਫਿਰ ਸ਼ਾਮ ਦਾ ਕੀ ਪਲਾਨ ਬਣਦਾ ਉਹ ਵੇਖਦੇ ਹਾਂ ਠੀਕ ਹੈ ਆਜੋ ਅੱਜ ਧੁੰਦ ਹੈਗੀ ਹੈ ਵੈਸੇ ਫੋਗ ਹੈਗੀ ਹੈ ਲਿਟਰ ਲਿਟਰ ਦੀ ਫੋਗ ਹੈ ਜ਼ਿਆਦਾ ਨਹੀਂ ਹੈਗੀ ਹੋਰ ਸੰਧੂ ਸਾਹਿਬ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਰ ਠੀਕ ਠਾਕ ਵਧੀਆ ਸੰਧੂ ਸਾਹਿਬ ਨੂੰ ਗਾਲਾਂ ਕੱਢ ਰਿਹਾ ਵੈਸੇ ਪਤਾ ਕਿਉਂ ਕਹਿੰਦਾ ਯਾਰ ਬ੍ਰਸ਼ ਕਰਨਾ ਸੀ ਅਤੇ ਸੰਗੀਤ ਲੇਟ ਹੋ ਰਿਹਾ ਸੀ ਅਸੀਂ 8 ਵਜੇ ਜਾਣਾ ਸੀ ਇਸ ਕਰਕੇ ਬ੍ਰਸ਼ ਨਹੀਂ ਕਰਾਉਣ ਬਾਈ ਬ੍ਰਸ਼ ਆਪਾਂ ਢਾਬੇ 'ਤੇ ਕਰਾਵਾਂਗੇ ਅੱਜ ਬਈ ਬਿਲਕੁਲ ਹਾਈਵੇ ਦੇ ਉੱਤੇ ਆ ਪੰਪ ਦੀ ਨਿਸ਼ਾਨੀ ਹੈ ਸਬਵੇ ਲੰਘ ਕੇ ਅਗਲੇ ਬੰਨੇ ਆਉਂਦਾ ਅਤੇ ਬਾਈ ਹੁਣਾਂ ਦੀ ਰੋਟੀ ਦੇ ਚਾਹ ਸਿਰਾ ਹੁੰਦੀ ਹੈ ਗੱਡੀ ਸਾਰੀ ਸਾਰੀ ਫਿਰ ਗੰਦੀ ਹੋ ਚੁੱਕੀ ਹੈ ਆਪਣੀ ਧਵਾਉਣੀ ਪਏਗੀ ਵਾਸ਼ ਕਰਨੀ ਪਵੇਗੀ ਇੱਕ ਘੰਟਾ ਵੇਟ ਕਰਾ ਕੇ ਤਾਂ ਬਾਈ ਹੁਣ ਆਇਆ ਲੱਗਦਾ ਬਾਈ ਤੁਸੀਂ ਹੋ ਯਾਰ ਬਹੁਤ ਮਾੜੀ ਗੱਲ ਆ ਕਿੰਨੇ ਵਾਰ ਟਾਈਮ ਦਿੱਤਾ ਹੋਇਆ ਤਾਂ ਕਿੰਨੇ ਵਜੇ ਆ ਰਿਹਾ ਕਹਿੰਦੇ ਟਾਈਮ ਦੀ ਵੈਲਿਊ ਨਹੀਂ ਹੈਗੀ ਯਾਰ ਬਾਈ ਇਹ ਸਰਕਾਰੀ ਨੰਬਰ ਪਲੇਟਾਂ ਜਿਹੜੀਆਂ ਕਿ ਅੱਜ ਕੱਲ੍ਹ ਜ਼ਰੂਰੀ ਹੋ ਗਈਆਂ ਕਿ ਲਾਈਕ ਤੁਹਾਨੂੰ ਲਵਾਉਣੀਆਂ ਹੀ ਪੈਣਗੀਆਂ ਤਾਂ ਫਿਰ ਹੀ ਤੁਹਾਡੀ ਗੱਡੀ ਜਿਹੜੀ ਉਹ ਤੁਹਾਡੇ ਨਾਲ ਟ੍ਰਾਂਸਫਰ ਹੋਊਗੀ ਆਪਾਂ ਅਪਲਾਈ ਕੀਤੀਆਂ ਸੀ ਉਦੋਂ ਕਿਵੇਂ ਕੀਤੀਆਂ ਸੀ ਉੱਥੇ ਤੁਸੀਂ ਦੇਖ ਸਕਦੇ ਹੋ ਘਰੇ ਮੰਗਵਾਈਆਂ ਸੀ ਵੈਸੇ ਪਰ ਬਾਈ ਇੱਥੇ ਲਾਉਣ ਆਇਆ ਉਹਨੇ ਇੱਕ ਜਗ੍ਹਾ ਰੱਖੀ ਹੋਈ ਹੈ ਅਤੇ ਉੱਥੇ ਲਾ ਕੇ ਦਿੰਦੇ ਨੇ ਅਤੇ ਆਪਾਂ ਕੰਧੂ ਉਹ ਵੀ ਲਏ ਨਾ ਹੋਲਡਰ ਹਾਂਜੀ ਹੋਲਡਰ ਅਤੇ ਅਸੀਂ ਇਹਨਾਂ ਦੇ ਵਿੱਚ ਲਾਉਣ ਵਾਸਤੇ ਨਾ ਮੈਂ ਲਾਈਕ ਇਹ ਲਏ ਨੇ ਬ੍ਰੈਕਿਟਸ ਅਤੇ 300 ਰੁਪਏ ਦੇ ਬਾਹਰੋਂ ਮਿਲ ਜਾਂਦੇ ਆ ਤੁਸੀਂ ਕਿਸੇ ਵੀ ਮਤਲਬ ਆਰਟ ਵਾਲੀ ਦੁਕਾਨ ਤੋਂ ਲੈ ਸਕਦੇ ਹੋ ਬਾਈ ਜਲੰਧਰ ਪਹੁੰਚ ਗਿਆ ਹਾਈਬ੍ਰਿਡ ਕਸਟਮ ਕੋਲ ਜਿਵੇਂ ਦੱਸਿਆ ਸੀ ਕੱਲ੍ਹ ਗੱਡੀ ਦਿੱਤੀ ਸੀਗੀ ਅਤੇ ਥੋੜ੍ਹੀ ਪ੍ਰੋਬਲਮ ਆਈ ਹੈ ਲਾਈਟ ਥੋੜ੍ਹੀ ਕਰੈਕ ਸੀ ਜਿਹੜੀ ਫੋਗ ਉਹਦੇ ਅੰਦਰ ਗਿਆ ਸੀ ਮੋਇਸਚਰ ਗਿਆ ਸੀ ਉਹ ਸ਼ਾਇਦ ਆਪਣਾ ਨਹੀਂ ਲੋਟ ਆਇਆ ਕੰਮ ਪਰ ਵੇਨੇ ਆ ਇਹ ਲਾਈਟਾਂ ਤੋਂ ਬਿਨਾਂ ਇੱਦਾਂ ਲੱਗਦੀ ਹੈ ਬਾਈ ਬਾਈ ਇਹ ਲਾਈਟ ਖੋਲੀ ਹੁੰਦੀ ਇੱਦਾਂ ਦੀ ਹੁੰਦੀ ਹੈ ਵੈਸੇ ਦਿਖਾਉਣੀ ਨਹੀਂ ਚਾਹੀਦੀ ਪਰ ਮੈਂ ਦਿਖਾ ਰਿਹਾ ਸੋਰੀ ਬਾਈ ਅਤੇ ਇਹ ਟੁੱਟ ਗਈ ਸੀਗੀ ਇਹਦੇ ਵਿੱਚੋਂ ਵੀ ਸ਼ੇਕ ਇੱਥੋਂ ਨਿਕਲਿਆ ਹੋਇਆ ਮੋਇਸਚਰ ਆਉਂਦਾ ਸਾਰੀ ਲਾਈਟ ਖਰਾਬ ਹੋ ਗਈ ਸੀ ਅਤੇ ਹੁਣ ਬਾਈ ਹੁਣੀ ਕਹਿੰਦੇ ਨੇ ਕਿ ਅਸੀਂ ਇਹਨੂੰ ਰਿਪੇਅਰ ਵੀ ਕਰ ਦਿੰਦੇ ਹਾਂ ਵੈਸੇ ਬੜੀ ਵਧੀਆ ਗੱਲ ਆ ਬਹੁਤ ਘੱਟ ਬੰਦੇ ਰਿਪੇਅਰਿੰਗ ਕਰਦੇ ਆ ਅਤੇ ਸੰਧੂ ਬਾਈ ਹੁਣੇ ਗੱਡੀ ਲੈ ਜੂਗਾ ਲਾਈਕ ਆਪਣੇ ਚੰਡੀਗੜ੍ਹੀ ਅਤੇ ਬਾਈ ਹੁਣੀ ਉੱਥੇ ਤਾਂ ਕਰਕੇ ਅਤੇ ਸਾਰਾ ਕਿਉਂਕਿ ਇੱਥੇ ਹੈ ਨਹੀਂ ਸੀ ਕੋਈ ਇਹਨੂੰ ਰਿਪੇਅਰ ਕਰਨ ਵਾਲੀ ਲਾਈਕ ਬੰਦੇ ਅਤੇ ਇਹਨਾਂ ਦਾ ਸਾਰਾ ਜਿਹੜਾ ਮਸ਼ੀਨਰੀ ਵਗੈਰਾ ਉੱਥੇ ਇਹਨਾਂ ਦੀ ਆਪਣੀ ਵਰਕਸ਼ਾਪ ਜਿਹੜੀ ਮਨੀ ਮਾਜਰੇ ਵਾਲੀ ਉਹ 'ਚ ਪਿਆ ਹੋਇਆ ਅਤੇ ਚਲੋ ਕੋਈ ਨਹੀਂ ਸੰਧੂ ਕੋਈ ਨਹੀਂ ਬਾਈ ਹੁਣਾਂ ਦੇ ਅਸੀਂ ਵਲੌਗ ਵੀ ਬਣਾਉਣੇ ਹੁੰਦੇ ਹਾਂ ਪਰ ਬਾਈ ਕੋਲ ਸਾਰਾ ਕੁਝ ਅਵੇਲੇਬਲ ਹੈ ਇੱਥੇ ਸਪੈਸ਼ਲੀ ਲਾਈਟਸ ਵਗੈਰਾ ਸਟੇਜ ਸਾਰਾ ਕੁਝ ਮਿਊਜ਼ਿਕ ਸਿਸਟਮ ਉਹ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਅਤੇ ਬਾਈ ਹੁਣਾਂ ਕੋਲ ਹੋਰ ਵੀ ਕੰਮ ਚੱਲ ਰਿਹਾ ਵੈਸੇ ਗੱਡੀਆਂ ਦਾ ਤੁਸੀਂ ਕਰਵਾ ਸਕਦੇ ਹੋ ਵੀਡੀਓ ਬਣਾਈ ਹੋਈ ਹੈ ਵੈਸੇ ਐਕਚੁਅਲੀ ਵੀਡੀਓ ਤੁਹਾਨੂੰ ਵੀ ਦੇਖਣ ਨੂੰ ਮਿਲੂਗੀ ਓਕੇ ਬਾਈ ਮਿਲਦੇ ਹਾਂ ਫਿਰ ਓਕੇ ਜੀ ਮਿਲਦੇ ਹਾਂ ਫਿਰ ਬਾਈ ਸੰਧੂ ਨੇ ਗੱਡੀ ਲੈ ਲਈ ਹੈ ਵੈਸੇ ਅਤੇ ਹੁਣ ਆਪਾਂ ਵੀ ਲਾਈਕ ਚੱਲਦੇ ਹਾਂ ਲੁਧਿਆਣੇ ਕਾਰੋਬਾਰ ਵਾਲੇ ਬਾਈ ਕੋਲ ਉਡੀਕ ਰਿਹਾ ਕੁਛ ਉਹਦੇ ਕੋਲ ਇੱਕ ਵੀਡੀਓ ਸ਼ੂਟ ਕਰਾਂਗੇ ਸੰਧੂ ਨੇ ਆਪਣੀ ਮਰਸਡੀਜ਼ ਲਈ ਲੋਏ ਦੇਖਣੇ ਸੀਗੇ ਉਹ ਦੇਖਾਂਗੇ ਵੈਲੋਸਿਟੀ ਵਾਲਿਆਂ ਕੋਲੇ ਬਾਈ ਉਦਾਂ ਦਾ ਫਗਵਾੜੇ ਵਾਲਾ ਬਣ ਗਿਆ ਓਵਰ ਬ੍ਰਿਜ ਮਤਲਬ ਲੰਘ ਆਈ ਦਾ ਉੱਪਰੋਂ ਦੀ
ਤੇ ਪਰ ਅਗਲੇ ਬੰਨੇ ਬਹੁਤ ਜਾਮ ਆ ਯਾਰ, ਮਤਲਬ ਉਹਨਾਂ ਨਿਕਲਦੇ ਆ ਫੁਗਾੜਾ ਨਾ, ਉਹ ਸੜਕ ਬਣਾ ਰਹੇ ਨੇ ਇੱਦਾਂ ਪੁੱਟ ਪੁੱਟ ਕੇ ਤਾਰ ਤਾਰ, ਮੈਂ ਕਿਹਾ ਦਿਖਾਈ ਸੀਗੀ ਉੱਦਾਂ ਸੇਮ ਇਹਨਾਂ ਨੇ ਇੱਥੇ ਅਗਲੇ ਬੰਨੇ ਵੀ ਤੇ ਟਰਾਲੀਆਂ ਵੀ ਗੰਨੇ ਵਾਲੀਆਂ ਨੇ, ਬੜਾ ਹੀ ਮੰਦਾ ਲਾਵੇ ਲੱਗਿਆ ਸੀ ਲੁਧਿਆਣੇ ਪਹੁੰਚੂਗਾ ਅੱਧੇ ਘੰਟੇ 'ਚ, ਪਰ ਨਹੀਂ ਲੇਟ ਹੋ ਜਾਣਾ ਲੱਗਦਾ, ਘੰਟਾ ਲੱਗ ਜਾਣਾ। ਬਈ ਵਲੋਸਿਟੀ ਦੇ ਨਾਲ ਹੀ ਕਾਰੋਬਾਰ ਆ, ਤੇ ਆਪਾਂ ਨੂੰ ਡਾਕਟਰ ਨਵਦੀਪ ਲਵਾਣਾ ਵੀ ਮਿਲਣ ਆਏ ਨੇ, ਕਿਉਂਕਿ ਡੀਐਮਸੀ ਚ ਹੁੰਦੇ ਨੇ ਇੱਥੇ। ਠੀਕ ਠਾਕ ਆ, ਵਧੀਆ। ਕਿਵੇਂ ਚੱਲਦਾ? ਆਪਾਂ ਮੈਂ ਇਹ ਪਹਿਲੇ ਇਹ ਬਤਾਓ ਕਿ ਸੰਤ ਸਾਹਿਬ ਇਹਨੂੰ ਪੁੱਛੋ ਇਹਨੇ ਆਣ ਕੇ ਕਿਉਂ ਲਾਈਆਂ ਹੋਈਆਂ? ਵੈਸੇ ਲਾਈਆਂ ਹੋਈਆਂ ਨੇ, ਮੰਨਿਆ ਦਾ ਰੰਗ ਜ਼ਿਆਦਾ ਚਿੱਟਾ ਹੋ ਗਿਆ ਅੰਦਰ ਰਹਿ ਰਹਿ ਕੇ, ਥੋੜ੍ਹੀ ਹੁਣ ਆਣ ਕੇ ਲਾਏਗਾ। ਪਰ ਬੰਦਾ ਸਾਡਾ ਸਮਾਰਟ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਕਮੈਂਟ ਕਰਕੇ ਜ਼ਰੂਰ ਦੱਸੋ। ਥੈਂਕਸ ਥੈਂਕਸ। ਫਾਈਨਲੀ ਅਸੀਂ ਸੰਧੂ ਵਾਲੀ ਮਸਲੀ ਨੂੰ 20 ਇੰਚੀ ਲੋਏ ਪਾਏ ਨਾਲ ਟਾਇਰ ਪਾ ਤੇ, ਇਹਦਾ ਅਸੀਂ ਵਲੌਗ ਨਹੀਂ ਸਿਰਫ ਅਸੀਂ ਦਿਖਾ ਰਹੇ ਹਾਂ, ਅਤੇ ਰਮਨ ਬਾਈ ਅੱਜ ਬਿਜ਼ੀ ਸੀ ਇਸ ਕਰਕੇ ਵਲੌਗ ਨਹੀਂ ਬਣਾ ਪਾਏ। ਹੋਰ ਸਰ ਠੀਕ ਠਾਕ ਹੋ? ਅਤੇ ਬਾਕੀ ਵਲੋਸਿਟੀ ਟਾਇਰ ਦੇ ਆਏ ਹੋਏ ਸੀਗੇ, ਅਤੇ ਸੰਧੂ ਬਾਈ ਨੇ ਆਪਣੀ ਮਰਜ਼ੀ ਨਾਲ। ਸੰਧੂ ਕਿਵੇਂ ਲੱਗੀ ਫਿਰ ਗੱਡੀ? ਤੂੰ ਤਾਂ ਕਹਿਣਾ ਹੀ ਆ, ਤੂੰ ਦੱਸ ਕੀ ਗੱਲ ਹੈ? ਐਂਡ ਕਿਆ ਚੇਂਜ ਕਰਕੇ ਦੇਖ ਰਹੀ ਹੈ? ਬਾਕੀ ਬਾਈ ਕਿਸੇ ਦੀ ਕੋਈ ਵੀ ਇਨਕੁਆਇਰੀਜ਼ ਹੋਣ ਤਾਂ ਮੇਰੇ ਜਾ ਕਰਨ ਵਲੋਗ ਵਾਲੇ ਚੈਨਲ 'ਤੇ ਜਾ ਕੇ ਤੁਸੀਂ ਦੇਖ ਸਕਦੇ ਹੋ, ਉੱਥੇ ਇਹਨਾਂ ਦੇ ਅਪਡੇਟਸ ਚੱਲਦੇ ਰਹਿੰਦੇ ਆ, ਅਤੇ ਵਲੋਗਸ ਜਿਹੜੇ ਨੇ ਮਤਲਬ ਕਿੰਨੇ ਕਿੰਨੇ ਇੰਚੀ ਲੋਏ ਨੇ, ਪੂਰੀ ਸ਼ੋਰੂਮ ਦੀ ਡਿਟੇਲ ਪਈ ਹੋਈ ਹੈ, ਅਤੇ ਤੁਸੀਂ ਦਿਆ ਕਰਨ ਵਲੋਗ ਵਾਲੇ ਚੈਨਲ 'ਤੇ ਦੇਖ ਸਕਦੇ ਹੋ। ਅਤੇ ਬਾਕੀ ਵਾਹਵਾ ਹਨੇਰਾ ਹੋ ਗਿਆ, ਸਾਇਦ ਜਿਹੜੀ ਇੱਥੇ ਲੰਘ ਗਈ ਹੈ, ਇੱਕ ਅਸੀਂ ਕਰੇਟਾ ਦਾ ਸ਼ੂਟ ਕੀਤਾ ਸੀ ਕਾਰੋਬਾਰ ਵਾਲੇ ਦੇ ਬਾਈ ਦੇ ਨਾਲ ਹੀ, ਅਤੇ ਉਹ ਵੀ ਤੁਹਾਨੂੰ ਦੇਖਣ ਨੂੰ ਵਾਪਸ ਮੈਨੂੰ ਘਰ ਵੀ ਜਾਣਾ ਹੈ, ਅਤੇ ਸੰਧੂ ਸ਼ਾਇਦ ਅੱਜ ਰਹੂਗਾ ਕਿਉਂਕਿ ਸੰਧੂ ਦੀ ਗੱਡੀਆਂ ਜਿਹੜੇ ਲਾਈਟਾਂ ਨੇ ਉਹ ਅਸੀਂ ਕਢਾਈਆਂ ਹੋਈਆਂ ਨੇ, ਅਤੇ ਉਹ ਹਾਈਬ੍ਰਿਡ ਕਸਟਮ ਵਾਲਾ ਬਾਈ ਕਹਿੰਦਾ ਸੀ ਮੈਂ ਚੰਡੀਗੜ੍ਹ ਹੀ ਦੇ ਦੂੰਗਾ ਸੰਧੂ ਨੂੰ, ਇਸ ਕਰਕੇ ਉਹ ਚੀਜ਼ ਕਾਰੋਬਾਰ ਵਾਲੇ ਬਾਈ ਦੇ ਵੀ ਸ਼ੂਟ ਕੀਤਾ ਕਰੇਟਾ ਦਾ, ਪੂਰੀ ਅਪਗ੍ਰੇਡ ਕੀਤੀ ਹੋਈ ਬੇਸ ਮਾਡਲ ਤੋਂ ਅਪਗ੍ਰੇਡ ਕਰਤੀ, ਉਹ ਵੀ ਤੁਹਾਨੂੰ ਜਲਦੀ ਮੇਰੇ ਚੈਨਲ 'ਤੇ ਦੇਖਣ ਨੂੰ ਮਿਲੂਗਾ। ਅਤੇ ਬਾਕੀ ਬਹੁਤ ਹਨੇਰਾ ਹੋ ਗਿਆ ਅੱਜ, ਫਿਰ ਵੱਜ ਗਏ ਨੇ 7, ਲੁਧਿਆਣੇ ਹੀ ਅਜੇ ਮੈਂ ਅੰਮ੍ਰਿਤਸਰ ਜਾਣਾ। ਬਾਈ ਜੀ ਬਹੁਤ ਹੀ ਬਿਜ਼ੀ ਡੇ ਰਿਹਾ ਅੱਜ, ਮਤਲਬ ਕਿ ਖਾਣ ਨੂੰ ਵੀ ਕੁਛ ਨਹੀਂ ਮਿਲਿਆ, ਸਵੇਰ ਤੱਕ ਪਰੌਂਠਾ ਖਾਧਾ, ਚਾਹ ਜ਼ਰੂਰ ਦੋ ਤਿੰਨ ਵਾਰੀ ਪੀ ਲਈ ਹੈ, ਅਤੇ ਹਾਰ ਕੇ ਹੁਣ ਮੈਂ ਜਲੰਧਰ ਆਣ ਕੇ ਮੈਕਡੋਨਲ ਲੈ ਰਿਹਾ, ਅਤੇ ਮੈਕਡੋਨਲ ਦਾ ਬਰਗਰ ਖਾਵਾਂਗਾ, ਕੋਈ ਬਹੁਤ ਭੁੱਖ ਲੱਗੀ ਹੋਈ ਹੈ, ਰੋਟੀ ਠਹਿਰ ਕੇ ਖਾਵਾਂਗੇ। ਅਤੇ ਬਹੁਤ ਬਿਜ਼ੀ ਡੇ ਸੀਗਾ, ਅਤੇ ਬਟ ਚਲੋ ਸੰਧੂ ਦਾ ਕੁਛ ਸਰ ਗਿਆ, ਸੰਧੂ ਹੁਣ ਅੱਜ ਕੱਲ੍ਹ ਸੰਧੂ ਚਲੇ ਜਾਊਗਾ ਹੁਣ ਉੱਥੋਂ ਚੰਡੀਗੜ੍ਹ ਨੂੰ, ਅਤੇ ਆਪਾਂ ਆ ਗਏ ਹਾਂ ਵਾਪਸ। ਅਤੇ ਬਹੁਤ ਹੀ ਬਿਜ਼ੀ ਸੀ ਤਾਂ ਅੱਜ, ਭੁੱਖੇ ਸੱਚੀ ਬਹੁਤ ਮਰੇ, ਅਤੇ ਹੁਣ ਧੁੰਦ ਨਹੀਂ ਹੈਗੀ ਵੈਸੇ, ਅਤੇ ਠੀਕ ਠੀਕ ਹੈ।